ਸਮਝ ਨਹੀਂ ਆਉਂਦੀ ਯਾਰ ਕੀ ਕਰੀਏ। ਓਏ ਵੱਜ ਗਿਆ। ਓਏ ਹੋਏ ਉਹ ਛੋਟੂ। ਓਏ ਹੋਏ 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 ਯਾਰ ਇੱਧਰ ਤੁਸੀਂ ਦੇਖੋ ਯਾਰ ਸਾਡਾ ਛੋਟੂ। ਹਾਂਜੀ ਵੀਰ ਜੀ ਕਿੱਦਾਂ ਸਾਰੇ ਠੀਕ ਠਾਕ ਹੋ? ਸੋ ਅੱਜ ਕੱਲ੍ਹ ਸਾਰੇ ਵਧੀਆ ਹੋ ਗਏ, ਬਿਲਕੁਲ ਠੀਕ ਠਾਕ ਹੋ ਗਏ। ਦੋਸਤੋ ਸਾਰੇ ਕਬੂਤਰ ਆਪਾਂ ਖੋਲ੍ਹੇ ਹੋਏ ਹਾਂ, ਬੱਤਕਾਂ ਵੀ ਖੋਲ੍ਹ ਦਿੱਤੀਆਂ ਅਤੇ ਨਾਲ ਸਾਡੇ ਮੁਰਗੇ ਵੀ ਖੋਲ੍ਹੇ ਆ, ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਹੀ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ, ਅਤੇ ਕੁਝ ਕਬੂਤਰ ਸਾਡੇ ਇੱਥੇ ਬੈਠੇ ਹੋ ਅਤੇ ਕੁਝ ਉਹ ਸਾਹਮਣੇ ਜਾ ਕੇ ਅੱਜ ਬੈਠ ਗਏ ਆ। ਪਤਾ ਨਹੀਂ ਯਾਰ ਇਹਨਾਂ ਨੂੰ ਕੀ ਗੱਲ ਹੋ ਗਈ। ਯਾਰ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਦਾ ਅੱਜ ਟੈਂਪਰੇਚਰ ਬਹੁਤ ਜ਼ਿਆਦਾ ਵਾ, ਅੱਜ ਬਹੁਤ ਜ਼ਿਆਦਾ ਗਰਮੀ ਆ, ਅਤੇ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਗਰਮੀ ਦੇ ਨਾਲ ਸਾਡਾ ਅੱਜ ਕਾਫੀ ਨੁਕਸਾਨ ਹੋਇਆ ਵਾ, ਅਤੇ ਯਾਰ ਬਹੁਤ ਜ਼ਿਆਦਾ ਗਰਮੀ, ਤੁਹਾਨੂੰ ਉਹ ਵੀ ਦਿਖਾਲਦੇ ਹਾਂ, ਠੀਕ ਹੈ ਜੀ? ਸੋ ਬਣੇ ਰਹੋ ਵੀਡੀਓ 'ਤੇ ਅਤੇ ਸਾਰਾ ਤੁਹਾਨੂੰ ਡਿਟੇਲ 'ਚ ਆਪਾਂ ਦਿਖਾਲਾਂਗੇ। ਅਤੇ ਸਾਡੇ ਖਰਗੋਸ਼ਾਂ ਨੂੰ ਆਪਾਂ ਪਾ ਦਿੱਤੇ ਸੀ ਖੀਰੇ, ਅਤੇ ਇਹਨਾਂ ਨੇ ਖਾ ਲਿਆ ਜੀ ਖੀਰੇ, ਅਤੇ ਹੁਣ ਆਰਾਮ ਫਰਮਾ ਰਹੇ ਨੇ ਸਾਰੇ ਜਣੇ। ਅਤੇ ਇੱਧਰ ਵੀ ਦੇਖੋ ਤੁਸੀਂ ਕਿ ਖੀਰੇ ਖਾ ਲਏ ਇਹਨਾਂ ਨੇ ਅਤੇ ਬੈਠੇ ਹੋਏ ਆਰਾਮ ਨਾਲ ਜੀ, ਕਿਉਂਕਿ ਗਰਮੀ ਕਾਫੀ ਆ, ਅਤੇ ਤੁਸੀਂ ਦੇਖ ਸਕਦੇ ਹੋ ਕਿ ਫਿਰ ਵੀ ਕਾਫੀ ਖੁਸ਼ ਹੈਗੇ ਆ, ਕਿਉਂਕਿ ਹਵਾ ਕਰੋਸਿੰਗ ਹੁੰਦੀ ਰਹਿੰਦੀ ਆ ਅਤੇ ਵਧੀਆ ਮਾਹੌਲ ਬਣਿਆ ਰਹਿੰਦਾ ਇਹਨਾਂ ਦਾ। ਜੇ ਕਬੂਤਰਾਂ ਦੀ ਗੱਲ ਕਰੀਏ ਤਾਂ ਯਾਰ ਕਬੂਤਰ ਅੱਜ ਦੋ ਤਿੰਨ ਵਾਰੀ ਅਵਾਰਾ ਕਬੂਤਰ ਆਇਆ ਸੀ, ਲੇਕਿਨ ਆਉਂਦਾ ਆਉਂਦਾ ਵਾਪਸ ਚਲਾ ਗਿਆ, ਕਿਉਂਕਿ ਪਤਾ ਨਹੀਂ ਯਾਰ ਬੈਠਾ ਨਹੀਂ ਇੱਥੇ, ਅਤੇ ਫਿਰ ਵੀ ਆਪਾਂ ਕੋਸ਼ਿਸ਼ ਪੂਰੀ ਕੀਤੀ ਕਬੂਤਰ ਨੂੰ ਫੜਨ ਦੀ, ਲੇਕਿਨ ਕਬੂਤਰ ਨਹੀਂ ਆਇਆ ਸਾਡੇ ਕੋਲ। ਚਲਦੇ ਹਾਂ ਜੀ ਮਾਸਟਰ ਕੇਜ ਵਾਲੀ ਸਾਈਡ 'ਤੇ, ਤੁਹਾਨੂੰ ਉੱਥੇ ਦਿਖਾਲਦੇ ਹਾਂ ਜਿਹੜੀ ਬੈਡ ਨਿਊਜ਼ ਹੋਈ ਆ। ਸੋ ਚੱਲਦੇ ਹਾਂ ਜੀ, ਅਤੇ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਦਿਖਾਲਦੇ ਹਾਂ ਕਿ ਇੱਧਰ ਲਗਾਇਆ ਜੀ ਆਪਾਂ ਪੱਖਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਸਵੇਰ ਤੋਂ, ਆਪਾਂ ਸਵੇਰ ਤੋਂ ਇੱਥੇ ਪੱਖਾ ਲਗਾ ਦਿੱਤਾ ਸੀ, ਅਤੇ ਸਾਡੇ ਜਿਹੜੇ ਪੰਛੀ ਆ ਕਾਫੀ ਖੁਸ਼ ਵਾ, ਤੁਸੀਂ ਦੇਖ ਸਕਦੇ ਹੋ। ਅਤੇ ਸਾਡੇ ਜਿਹੜੇ ਲਵ ਬਰਡ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਕਾਫੀ ਵਧੀਆ ਮਾਹੌਲ ਵਿੱਚ ਐਵਲੇ ਹੈਗੇ ਆ, ਅਤੇ ਖੁਸ਼ ਵੀ ਕਾਫੀ ਆ। ਸੋ ਇਹਨਾਂ ਦੀ ਕੰਗਣੀ ਵੀ ਹੈਗੀ ਆ, ਅਤੇ ਪਾਣੀ ਵੀ ਇਹਨਾਂ ਦਾ ਹੈਗਾ, ਪਾਣੀ ਥੋੜ੍ਹਾ ਜਿਹਾ ਘੱਟ ਗਿਆ ਵਾ। ਹਾਂਜੀ ਵੀ ਪਾਣੀ ਪਾ ਦਿੰਦੇ, ਹੋਰ ਕੋਈ ਗੱਲ ਨਹੀਂ, ਪਾਣੀ ਪਾ ਦਿੰਦੇ ਮੇਰੇ, ਪਾਣੀ ਪਾ ਦਿੰਦੇ। ਚਲੋ ਜੀ ਚੱਲਦੇ ਜੀ ਮਾਸਟਰ ਕੇਜ 'ਚ, ਸੋ ਉੱਥੇ ਵਾਲਾ ਵੀ ਦੇਖਦੇ ਆਪਾਂ ਹਾਲ। ਭਾਈ ਜੀ ਮਾਸਟਰ ਕੇਜ 'ਚ ਆਪਾਂ ਆ ਗਏ ਹਾਂ, ਅਤੇ ਤੁਸੀਂ ਦੇਖ ਸਕਦੇ ਹੋ ਕਿ ਪੱਖਾ ਲੱਗਾ ਹੋਇਆ ਹੈ ਅਤੇ ਨਜ਼ਾਰੇ ਲੱਗੇ ਹੋਏ ਆ, ਠੀਕ ਹੈ ਜੀ। ਅਤੇ ਆਹ ਦੇਖੋ ਸਾਡੇ ਗਿੰਨੀ ਪਿਗ। ਸੋ ਅੱਜ ਯਾਰ ਸਾਡੀ ਗਿੰਨੀ ਪਿਗ ਨੂੰ ਇਹਨੂੰ ਪਤਾ ਨਹੀਂ ਕੀ ਹੋ ਗਿਆ ਸੀ, ਅਤੇ ਯਾਰ ਆਪਾਂ ਇਹਨੂੰ ਨਾ ਪਾਣੀ ਦੇ ਵਿੱਚ ਨਵਾਇਆ, ਅਤੇ ਹੁਣ ਜਾ ਕੇ ਇਹਨੂੰ ਥੋੜ੍ਹੀ ਹੋਸ਼ ਆਈ ਆ, ਅਤੇ ਥੋੜ੍ਹਾ ਬਹੁਤਾ ਤੁਰਦੀ ਪਈ ਆ। ਮੈਂ ਤੁਹਾਨੂੰ ਦਿਖਾਉਂਦਾ ਯਾਰ ਇਹਨੂੰ ਫੜ ਕੇ। ਸੋ ਆਹ ਦੇਖੋ ਤੁਸੀਂ, ਪਤਾ ਨਹੀਂ ਯਾਰ ਇਵੇਂ ਕਿਉਂ ਕਰਦੀ ਪਈ ਆ, ਜਾਂ ਤਾਂ ਇਹਨੂੰ ਇੱਕ ਸਾਈਡ ਤੋਂ ਦੇਖਦਾ ਨਹੀਂ ਪਿਆ ਹੈਗਾ। ਉਹ ਦੇਖੋ ਕਿਵੇਂ ਡਿੱਗ ਕੇ ਚੱਲਦੀ ਆ, ਲੇਕਿਨ ਹੁਣ ਬਿਲਕੁਲ ਠੀਕ ਆ। ਕੁਝ ਖਾਧਾ ਵੀ ਇਹਨੇ, ਆ ਖੀਰੇ ਰੱਖੇ ਆ ਅਤੇ ਖੀਰੇ ਇਹਨੇ ਖਾਧੇ ਆ। ਯਾਰ ਪਹਿਲੋਂ ਪਤਾ ਨਹੀਂ ਇਹਨੂੰ ਬਿਲਕੁਲ ਬੈਠੀ ਹੋਈ ਸੀ, ਜਿਵੇਂ ਗਰਮੀ ਦੇ ਨਾਲ ਘਬਰਾ ਕੇ ਜਾਂਦਾ ਨਾ ਕੁਛ, ਇਵੇਂ ਦਾ ਹੋਇਆ ਸੀ। ਲੇਕਿਨ ਮੈਂ ਇਹਨੂੰ ਫਿਰ ਪਾਣੀ ਦੇ ਵਿੱਚ ਨਵਾ ਲਿਆ, ਆਹ ਦੇਖੋ ਪਾਣੀ, ਅਤੇ ਇਹਦੇ ਵਿੱਚ ਨਵਾ ਲਿਆ ਅਤੇ ਨਾਲ ਇਹਨੇ ਪਾਣੀ ਪੀਤਾ, ਅਤੇ ਬਿਲਕੁਲ ਹੁਣ ਅੱਗੇ ਨਾਲੋਂ ਕਾਫੀ ਫਰਕ ਆ। ਅਤੇ ਯਾਰ ਇਹਦਾ ਦੇਖਿਆ ਜਾਵੇ ਨਾ ਤਾਂ ਐਸਾ ਕੁ ਤੈਨੂੰ ਲੱਗਦਾ ਜਿੱਦਾਂ ਦੇਖਦਾ ਕੁਛ ਨਹੀਂ ਹੁੰਦਾ, ਮੈਨੂੰ ਤਾਂ ਇਵੇਂ ਲੱਗਦਾ ਵਾ, ਬਾਕੀ ਪਤਾ ਨਹੀਂ ਯਾਰ ਕੀ ਚੱਕਰ ਵਾ, ਦੇਖ ਸਕਦੇ ਹੋ। ਅਤੇ ਇਹ ਓਏ ਹੋਏ ਉਹ ਛੋਟੂ। ਓਏ ਹੋਏ 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 ਯਾਰ ਇੱਧਰ ਤੁਸੀਂ ਦੇਖੋ ਯਾਰ ਸਾਡਾ ਛੋਟੂ। ਓਏ ਹੋਏ ਯਾਰ ਯਾਰ ਇਹਨੂੰ ਕੀ ਹੋ ਗਿਆ? ਓਏ ਯਾਰ ਯਾਰ ਇਹ ਚੰਗੇ ਭਲੇ ਮੈਂ ਸਾਰੇ ਦੇਖ ਕੇ ਗਿਆ ਵਾਂ, 2 ਘੰਟੇ ਪਹਿਲਾਂ ਹੋ ਗਏ ਆ। ਮੈਂ ਸਾਰਿਆਂ ਨੂੰ ਪਾਣੀ ਰੱਖ ਕੇ ਚੰਗੀ ਤਰ੍ਹਾਂ ਦੇਖ ਕੇ ਗਿਆ, ਪਾਣੀ ਪੂਣੀ ਸਾਰੇ ਤਰੌਂਕ ਕੇ ਨਾ ਫਿਰ ਗਿਆ ਸੀ। ਗਰਮੀ ਬਹੁਤ ਜ਼ਿਆਦਾ, ਮੈਂ 4-5 ਵਾਰੀ ਇਹ ਦਿਹਾੜੀ 'ਚ ਆਇਆ ਵਾਂ, ਅਤੇ 2 ਘੰਟੇ ਪਹਿਲਾਂ ਮੈਂ ਪਹਿਲਾਂ ਵੀ ਆਇਆ ਸੀ, ਅਤੇ ਤੁਸੀਂ ਦੇਖ ਸਕਦੇ ਯਾਰ ਇਹਨੂੰ ਕੀ ਹੋ ਗਿਆ ਯਾਰ। ਓ ਯਾਰ ਯਾਰ ਕਿੰਨਾ ਕਿਊਟ ਹੀ ਯਾਰ। ਓਹੋ ਯਾਰ 2 ਘੰਟੇ ਪਹਿਲਾਂ ਆਇਆ ਸੀ ਅਤੇ ਪਾਣੀ ਪੂਣੀ ਤਰੌਂਕ ਕੇ ਗਿਆ, ਗਰਮੀ ਕਾਫੀ ਸੀ, ਅਤੇ ਮੈਂ ਦੇਖਿਆ ਕਿ ਯਾਰ ਇਹਨਾਂ ਨੂੰ ਪਾਣੀ ਪੂਣੀ ਰੱਖ ਕੇ ਗਿਆ, ਕਿ ਅੱਜ ਚੱਕਰ ਇਹੀ ਲੱਗਦਾ ਰਿਹਾ ਬਾਰ ਬਾਰ ਕਿ ਗਰਮੀ ਬਹੁਤ ਜ਼ਿਆਦਾ ਵਾ, ਅਤੇ ਮੈਂ ਦੇਖ ਕੇ ਗਿਆ ਬਿਲਕੁਲ ਸਹੀ ਸੀ। ਅਤੇ ਯਾਰ ਹੁਣ 2 ਘੰਟੇ ਬਾਅਦ ਆ ਕੇ ਦੇਖਿਆ ਵਾ ਯਾਰ
ਕਿ ਬੱਚਾ ਮਰਿਆ ਪਿਆ ਵਾ ਯਾਰ, ਬਹੁਤ ਮਾੜਾ ਕੰਮ ਹੋਇਆ ਯਾਰ। ਯਾਰ ਇਹ ਸਾਰਾ ਮੈਨੂੰ ਲੱਗਦਾ ਗਰਮੀ ਦੇ ਨਾਲ ਹੀ ਹੋਇਆ ਵਾ, ਕਿਉਂਕਿ ਗਰਮੀ ਅੱਜ 45-46 ਡਿਗਰੀ ਟੈਂਪਰੇਚਰ ਸੀ ਅਤੇ ਯਾਰ ਬਹੁਤ ਜ਼ਿਆਦਾ ਗਰਮੀ, ਅਤੇ ਹਾਲੇ ਕਹਿੰਦੇ ਗਰਮੀ ਹੋਰ ਵਧਣੀ ਆ। ਸੋ ਪਤਾ ਨਹੀਂ ਯਾਰ ਕੀ ਬਣਨਾ ਵਾ, ਅਤੇ ਮੈਂ ਤਾਂ ਪੱਖਾ ਲਗਾਇਆ ਵਾ, ਅੱਜ ਚੰਗਾ ਹੋਇਆ ਮੈਂ ਯਾਰ ਪੱਖਾ ਵੀ ਲਗਾ ਦਿੱਤਾ ਸਵੇਰ ਤੋਂ, ਅਤੇ ਜੇ ਮੇਰੇ ਹਿਸਾਬ ਨਾਲ ਸਵੇਰ ਤੋਂ ਪੱਖਾ ਨਾ ਲੱਗਾ ਹੁੰਦਾ ਤਾਂ ਹੋ ਸਕਦਾ ਇਹਨਾਂ ਨੂੰ ਯਾਰ ਕੁਝ ਨਾ ਕੁਝ ਹੋ ਜਾਂਦਾ ਯਾਰ, ਪਤਾ ਨਹੀਂ ਯਾਰ। ਅਤੇ ਬਾਕੀ ਸਾਡਾ ਆਹ ਦੇਖੋ ਤੁਸੀਂ ਜਿਹੜਾ ਗਿੰਨੀ ਪਿਗ ਮੇਲ ਸੀ, ਇਹਦੀ ਵੀ ਲੜਾਈ ਹੁੰਦੀ ਯਾਰ ਮੇਲ ਦੇ ਨਾਲ, ਅਤੇ ਪਤਾ ਨਹੀਂ ਯਾਰ ਕਿਤੇ ਇਹਨਾਂ ਦਾ ਝਗੜਾ ਤਾਂ ਨਹੀਂ ਹੋਇਆ ਯਾਰ। ਹੈਂ ਯਾਰ ਆਹ ਦੇਖੋ ਇਹਦੀ ਅੱਖ, ਅੱਖ ਵਿੱਚ ਮੈਨੂੰ ਲੱਗਦਾ ਇਹਨੂੰ ਕੋਈ ਦਿਖਦਾ ਨਹੀਂ ਕਿ ਪਤਾ ਨਹੀਂ ਯਾਰ ਦਿਖਦਾ ਵਾ ਹੁਣ, ਪਤਾ ਨਹੀਂ ਯਾਰ ਕੀ ਚੱਕਰ ਆ। ਬਾਕੀ ਵੈਸੇ ਤਾਂ ਠੀਕ ਆ, ਅਤੇ ਇਹਦੇ ਸੜ ਸੁੜ ਤਾਂ ਨਹੀਂ ਲੱਗੀ ਯਾਰ, ਇਹਦੇ ਹੈ ਵੀ ਬਿਲਕੁਲ ਸਹੀ ਆ। ਅੱਖ ਇਹਦੀ ਮੈਂ ਧੋਤੀ ਹੈਗੀ ਆ, ਕੋਈ ਅੱਖ 'ਚ ਪਾਣੀ ਪੂਣੀ ਪਾਇਆ ਸੀ, ਅਤੇ ਹੁਣ ਮੈਨੂੰ ਲੱਗਦਾ ਵੀ ਅੱਗੇ ਨੂੰ ਠੀਕ ਹੈਗੀ ਆ, ਪਰ ਪਤਾ ਨਹੀਂ ਯਾਰ, ਰੱਬ ਕਰੇ ਬਿਲਕੁਲ ਠੀਕ ਹੋ ਜੇ। ਚੱਲ ਵੀ ਉੱਧਰ ਚੱਲ, ਉੱਧਰ ਹਵਾ ਵੀ ਆਉਂਦੀ ਪਈ ਆ। ਆਹ ਦੇਖੋ ਤੁਸੀਂ ਐਵੇਂ ਡਿੱਗਦੀ ਢਿੱਗਦੀ ਜੀ ਆ, ਪਤਾ ਨਹੀਂ ਯਾਰ ਕੀ ਹੋ ਗਿਆ ਇਹਨੂੰ। ਆਹ ਦੇਖੋ ਪਤਾ ਨਹੀਂ ਯਾਰ, ਬਾਬਾ ਕਿਰਪਾ ਕਰੇ ਕਿ ਜਲਦੀ ਜਲਦੀ ਸਾਰੇ ਠੀਕ ਹੋਣੇ ਯਾਰ। ਸੋ ਇੱਥੇ ਸਾਡੀਆਂ ਬੱਜੀ ਸੀ, ਤੁਸੀਂ ਦੇਖ ਸਕਦੇ ਹੋ ਕਿ ਪੂਰੇ ਮੂੰਹ ਅੱਡੇ ਹੋਏ ਇਹਨਾਂ ਨੇ ਵੀ, ਕਿਉਂਕਿ ਗਰਮੀ ਦੇ ਨਾਲ ਕਾਫੀ ਇਹਨਾਂ ਦਾ ਵੀ ਬੁਰਾ ਹਾਲ ਵਾ, ਅਤੇ ਪੱਖਾ ਵੈਸੇ ਤਾਂ ਲੱਗਾ ਹੋਇਆ ਵਾ, ਲੇਕਿਨ ਪੱਖੇ ਦਾ ਵੀ ਅਸਰ ਜਿਹੜਾ ਵਾ ਇਹਨਾਂ 'ਤੇ ਕੁਝ ਹੋ ਨਹੀਂ ਰਿਹਾ ਲੱਗਦਾ ਮੈਨੂੰ, ਕਿਉਂਕਿ ਗਰਮੀ ਜ਼ਿਆਦੀ ਆ ਅਤੇ ਗਰਮੀ ਦੇ ਨਾਲ ਸਾਰਿਆਂ ਦਾ ਮੂੰਹ ਅੱਡੇ ਪਏ ਆ। ਅਤੇ ਵੈਸੇ ਤੁਹਾਨੂੰ ਬਾਹਰ ਦਾ ਵੀ ਦਿਖਾ ਦਿੰਦੇ ਮਾ ਮਾਹੌਲ ਜਿਹੜਾ ਬਾਹਰ ਦਾ ਵਾ ਨਾ, ਵੈਸੇ ਤਾਂ ਬਾਕੀ ਸਾਡੇ ਬਰਡ ਸਾਰੇ ਠੀਕ ਠਾਕ ਆ, ਪਰ ਗਰਮੀ ਦੇ ਵੇਖੀ ਕੀਤੀ ਜਾਵੇ ਗੱਲ ਤਾਂ ਯਾਰ ਗਰਮੀ ਬਹੁਤ ਜ਼ਿਆਦਾ ਵਾ। ਜਿਹੜਾ ਇੱਥੇ ਬੱਚਾ ਸੀ ਆਪਾਂ ਉਹ ਵੀ ਦੇਖ ਲੈਂਦੇ ਯਾਰ, ਯਾਰ ਇਹ ਬੱਚੇ ਸਹੀ ਆ, ਅਤੇ ਚਲੋ ਇੰਨਾ ਸ਼ੁਕਰ ਹੈ ਕਿ ਯਾਰ ਬੱਚੇ ਸਹੀ ਆ। ਲਓ ਯਾਰ ਬੱਚੇ ਸਾਰੇ ਬਾਹਰ ਆ ਗਏ ਆ, ਇਹਨਾਂ ਦੇ ਵਿੱਚੇ ਬੱਚੇ ਆ ਯਾਰ, ਸਮਝ ਨਹੀਂ ਲੱਗਦੀ ਵੀ ਬੱਚੇ ਸਾਰੇ ਬਾਹਰ ਆ ਗਏ, ਤਾਂ ਯਾਰ ਪਤਾ ਵੀ ਨਹੀਂ ਲੱਗਦਾ ਪਿਆ, ਸਾਰੇ ਇੱਕੋ ਚੁੱਕੇ ਲੱਗਦੇ ਪਏ ਮੈਨੂੰ ਤਾਂ, ਇਹਨਾਂ ਵਿੱਚੋਂ ਬੱਚਾ ਕਿਹੜਾ ਵਾ। ਹਾਂ ਆਹ ਦੇਖੋ ਆਹ ਬੈਠੇ ਜੇ ਬੱਚੇ, ਦੋ ਬੱਚੇ ਇੱਥੇ ਆ, ਅਤੇ ਇੱਕੋ ਸਾਹਮਣੇ ਝੁੰਮੜਿਆ ਆ, ਅਤੇ ਇੱਕੋ ਸਾਹਮਣੇ ਮਟਕੀ 'ਤੇ ਬੈਠਾ ਹੋਇਆ, ਅਤੇ ਇੱਕ ਯਾਰ ਯੈਲੋ ਵਾਲਾ ਕਿੱਥੇ ਹੋਰ ਕਿੱਥੇ ਗਿਆ, ਯੈਲੋ ਯੈਲੋ ਯੈਲੋ। ਹਾਂ ਆਹ ਦੇਖੋ ਇੱਧਰ ਆਹ ਦੋ ਬੱਚੇ ਇੱਥੇ ਬੈਠੇ, ਵਾਹ ਯਾਰ ਕਿਆ ਬਾਤ ਹੈ। ਉਹ ਬਾਈ ਜੀ ਕਰਨ ਸਾਡੇ ਕੋਲ ਆ ਗਿਆ ਵਾ, ਅਤੇ ਮੈਂ ਯਾਰ ਕਰਨ ਨੂੰ ਸਾਰੀ ਗੱਲ ਦੱਸੀ ਆ ਵੀ ਯਾਰ ਕਰਨ ਅੱਜ ਗਿੰਨੀ ਪਿੱਗ ਯਾਰ, ਇੱਕ ਬੱਚਾ ਮਰ ਗਿਆ ਵਾ, ਅਤੇ ਜਿਹੜੀ ਇੱਕ ਫੀਮੇਲ ਉਹ ਵੀ ਠੀਕ ਨਹੀਂ ਆ, ਅਤੇ ਕਰਨ ਸਾਡਾ ਆਇਆ ਵਾ ਅਤੇ ਦੇਖ ਰਿਹਾ ਵਾ, ਅਤੇ ਇਹਨੂੰ ਮੈਂ ਕਿਹਾ ਵੀ ਦੇਖ ਯਾਰ ਫੜ ਕੇ ਇਹਨੂੰ ਵੀ ਕਿਤੇ ਇਹਨੂੰ ਕੁਝ ਨਾ ਹੋ ਜਾਏ ਯਾਰ, ਕਿਉਂਕਿ ਛੋਟੇ ਛੋਟੇ ਬੱਚੇ ਇਹਦੇ, ਅਤੇ ਕਹਿੰਦਾ ਦੇਖਿਆ ਇਹਨੂੰ ਹਾਂ ਕੱਢ ਕੇ ਯਾਰ ਫਿਰ ਦੇਖ, ਉੱਦਾਂ ਬਿਲਕੁਲ ਅੱਗੇ ਨੂੰ ਫਰਕ ਹੈਗਾ ਵਾ, ਠੀਕ ਹੈ ਕਿ ਪਹਿਲਾਂ ਤਾਂ ਜ਼ਿਆਦਾ ਯਾਰ ਗਰਮੀ ਦੇ ਨਾਲ ਮਧੋਲੀ ਗਈ ਸ਼ਾਇਦ, ਫਿਰ ਮੈਂ ਇਹਨੂੰ ਥੋੜ੍ਹਾ ਨਵਾਲਿਆ ਵਾ, ਅਤੇ ਉਹਦੇ ਨਾਲ ਥੋੜ੍ਹਾ ਫਰਕ ਪੈ ਗਿਆ ਯਾਰ ਇਹਨੂੰ। ਜੀ ਮਾਸਟਰ ਕੇ ਜੋ ਬਾਹਰ ਆ ਗਏ ਹਾਂ, ਅਤੇ ਤੁਸੀਂ ਦੇਖਿਆ ਕਿ ਆਪਾਂ ਸਾਰਿਆਂ ਬਰਡ ਨੂੰ ਵੇਖਿਆ ਵਾ, ਅਤੇ ਲੇਕਿਨ ਜਿਹੜੀ ਫੀਮੇਲ ਆ ਉਹ ਅੱਗੇ ਨੂੰ ਕਾਫੀ ਫਰਕ ਹੈਗਾ ਵਾ, ਅਤੇ ਇੱਕ ਜਿਹੜਾ ਬੱਚਾ ਮਰ ਗਿਆ ਵਾ, ਅਤੇ ਉਹਦਾ ਯਾਰ ਆਪਾਂ ਨਹੀਂ ਇਹਨੂੰ ਬਚਾ ਸਕੇ, ਅਤੇ ਕਬੂਤਰ ਦੇਖ ਰਿਹਾ ਸੀ ਸਾਡਾ ਕਰਨ ਜਿਹੜਾ ਆਪਾਂ ਫੜਿਆ ਸੀ, ਅਤੇ ਬਾਕੀ ਤੁਹਾਨੂੰ ਸ਼ੌਕ ਕਰਾਇਆ ਸੀ, ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਵੀ ਇਹਦਾ ਸ਼ੌਕ ਕੀਤਾ ਵਾ, ਅਤੇ ਇਹਨੂੰ ਆਪਾਂ ਹਜੇ ਤੱਕ ਟੇਪ ਤੱਕ ਨਹੀਂ ਲਗਾਈ ਯਾਰ, ਇਹਨੂੰ ਵੱਡਾ ਵੀ ਨਾ ਕੱਟਿਆ ਹੀ ਆ, ਕਿਤੇ ਹੀ ਯਾਰ ਵੀ ਕਬੂਤਰ ਨੂੰ ਬੰਨੀਏ ਕਿ ਜਾਂ ਕੱਟ ਲਈਏ, ਅਤੇ ਕਰਨ ਕਹਿ ਰਿਹਾ ਵੀ ਯਾਰ ਇਹਨੂੰ ਆਪਾਂ ਟੇਪ ਲਾ ਕੇ ਰੱਖ ਦਿੰਦੇ ਹਾਂ, ਅਤੇ ਹੁਣ ਪੰਗਾ ਇਹ ਪੈ ਗਿਆ ਕਿ ਟੇਪ ਕੋਲ ਹੈ ਨਹੀਂ ਆ, ਵਿਸ਼ੇਸ਼ ਸਾਡਾ ਟੇਪ ਲੈ ਗਿਆ ਵਾ, ਤਾਂ ਹੁਣ ਸਾਨੂੰ ਟੇਪ ਨਹੀਂ ਲੱਭਦੀ ਪਈ ਹੈਗੀ, ਜਦੋਂ ਮੌਕੇ 'ਤੇ ਚੀਜ਼ ਦੀ ਲੋੜ ਪੈਂਦੀ ਆ ਉਦੋਂ ਚੀਜ਼ ਹੀ ਨਹੀਂ ਲੱਭਦੀ ਹੈਗੀ, ਅਤੇ ਸਮਝ ਨਹੀਂ ਆਉਂਦੀ ਯਾਰ ਕੀ ਕਰੀਏ। ਓਏ ਵੱਜ ਗਿਆ, ਹੱਥ ਤਾਂ ਨਹੀਂ ਆਇਆ ਕਰਨ ਨੂੰ, ਵਜਾ ਹੋ ਗਿਆ ਨਾ। ਓ ਯਾਰ ਮੈਂ ਤਾਂ ਕਿਹਾ ਹੱਥ ਆ ਗਿਆ ਕਰਨ ਦਾ ਵਿੱਚ। ਅੱਛਾ ਅੱਛਾ ਓ ਉਹ ਭਰਾਵਾ ਬਚ ਕੇ ਰਹੀ ਬਾਜ, ਨਾ 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 ਹੀ ਪੰਗਾ ਲਿਆ, ਇਹਨਾਂ ਤਾਂ ਵਧੀਆ ਵਾ, ਬਚਾ ਹੋ ਗਿਆ ਨਾ। ਸੱਚੀ ਮੈਂ ਯਾਰ ਡਰ ਗਿਆ ਸੀ, ਮੈਂ ਹੱਥ ਹੁੱਥ ਆ ਗਿਆ ਤੇਰਾ। ਓ ਤੇ ਆ ਮੇਰਾ ਵੀਰ ਫੜ ਇਹਨੂੰ, ਕਬੂਤਰ ਨੂੰ ਤਾਂ ਫੜ,
ਇਹ ਜੇ ਛੁੱਟ ਗਿਆ ਨਾ ਤੇ ਇਹ ਕਿਸੇ ਜੋਗੀ ਚੀਜ਼ ਵੀ ਨਹੀਂ ਰਹਿਣੀ ਹੈਗੀ, ਠੀਕ ਹੈ? ਤੇ ਬਾਕੀ ਆਪਾਂ ਦਾਣੇ ਦੂਣੇ ਸਾਰਿਆਂ ਨੂੰ ਪਾ, ਹੈ ਛੱਡ ਕੇ ਵੇਖ ਲਾ ਕਿਤੇ ਨਹੀਂ ਜਾਣਾ ਇਹਨੇ। ਨਹੀਂ 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 ਇਹ ਮੁੜਨਾ ਹੀ ਨਹੀਂ ਬਾਈ ਸਾਹਿਬ, ਤੇ ਜੇ ਨਾ ਮੁੜਿਆ ਤੇ ਫਿਰ ਕਿਨੇ ਤੂੰ ਦੇਗਾ ਦੱਸ? ਨਹੀਂ ਚੈੱਕ ਤੇ ਫਿਰ ਚੈੱਕ ਤੇ ਤੂੰ, ਨਹੀਂ ਆਪੇ ਤਾਂ ਆਇਆ ਵਾ, ਹੁਣ ਆਪੇ ਜਾਣ ਥੋੜੀ ਦੇਵਾਂਗੇ। ਅੱਜ ਦੂਜੇ ਤੀਜੇ ਦਿਨ ਹੋਇਆ ਇਹਨਾਂ, ਕੱਲ ਹੀ ਫੜਿਆ, ਕੱਲ ਪਰਸੋਂ ਫੜਿਆ ਨਾ, ਹਾਂ ਪਰਸੋਂ ਫੜਿਆ ਸੀ, ਤੇ ਪਰਸੋਂ ਫੜਿਆ ਤੇ ਕਰਨ ਆਉਂਦਾ, ਛੱਡ ਕੇ ਦੇਖ ਲੈਂਦੇ ਹਾਂ ਵੀ ਕਿਤੇ ਜਾਂਦਾ ਤਾਂ ਨਹੀਂ। ਦੇਸੀ ਕਬੂਤਰ ਆ ਤੇ ਬਾਕੀ ਰਹਿਣਾ ਇਹਨੇ ਹੈ ਨਹੀਂ, ਅਤੇ ਮੈਂ ਕਿਹਾ ਮੈਨੂੰ ਕੱਟ ਲਈ ਸਭ ਤੋਂ ਬੈਸਟ ਵਾ। ਸਾਨੂੰ ਯਾਰ ਲਵ ਬਰਡ ਦਾ ਜੋੜਾ ਮਿਲਦਾ ਪਿਆ ਵਾ, ਵਾਈਟ ਲਵ ਬਰਡ ਜਿਹੜੇ ਹੁੰਦੇ ਆ, ਅਤੇ ਹੁਣ ਤਾਂ ਆਪਾਂ ਕਮੈਂਟਾਂ 'ਚ ਪੁੱਛਣਾ ਵੀ ਉਹ ਲਈਏ ਕਿ ਨਾ ਲਈਏ। ਵਾਈਟ ਕਲਰ ਦੇ ਜਿਹੜੇ ਹੁੰਦੇ ਆ ਲਵ ਬਰਡ, ਕਾਫੀ ਮੱਕੀ ਹੁੰਦੀ ਅਤੇ ਕੋਸਟਲੀ ਆ, ਸੋ ਤੁਸੀਂ ਜੇ ਕਹੋਗੇ ਤਾਂ ਆਪਾਂ ਜ਼ਰੂਰ ਲੈ ਕੇ ਆਵਾਂਗੇ। ਸੋ ਬਾਈ ਦਾ ਵੇ ਸਾਡੇ ਕੋਲ ਇੱਕ ਲਵ ਬਰਡ ਦਾ ਜੋੜਾ ਹੈਗਾ ਆ, ਤੁਸੀਂ ਦੇਖਿਆ ਲਟੀਨੋ, ਅਤੇ ਜੇ ਤੁਸੀਂ ਕਹੋਗੇ ਵਾਈਟ ਵਾਲਾ ਤਾਂ ਉਹ ਵੀ ਲੈ ਕੇ ਆਵਾਂਗੇ। ਸੋ ਕਮੈਂਟਾਂ 'ਚ ਸਾਨੂੰ ਦੱਸ ਦਿਓ ਅਤੇ ਆਪਾਂ ਜ਼ਰੂਰ ਲੈ ਕੇ ਆਵਾਂਗੇ, ਠੀਕ ਹੈ ਜੀ? ਆਪਾਂ ਆਪਣਾ ਬਤਕਾ ਯਾਰ ਖੋਲ੍ਹ ਦਿੱਤਾ ਵਾ, ਤੁਸੀਂ ਦੇਖ ਸਕਦੇ ਕਿ ਬਤਕਾ ਹੋ ਜਾ ਕੇ ਅਤੇ ਹੁਣ ਪਾਣੀ ਪੂਣੀ ਨਾਲ ਪੀ ਰਿਹਾ, ਉਹਦੇ ਨਾਲ ਨਹਾ ਰਿਹਾ ਵਾ। ਇੱਥੇ ਸਾਡੇ ਕਬੂਤਰ ਜਿਹੜੇ ਆ ਯਾਰ ਛਤਰੀ 'ਤੇ ਬੈਠ ਰਹੇ ਪਏ ਆ, ਅਤੇ ਕਾਫੀ ਵਧੀਆ ਲੱਗਦਾ ਪਿਆ ਵਾ ਜਦੋਂ ਛਤਰੀ ਦੇ ਉੱਤੇ ਬੈਠਦੇ ਆ, ਸੋ ਉੱਡ ਕੇ ਅਤੇ ਸਿੱਧੇ ਆ ਕੇ ਛਤਰੀ 'ਤੇ ਬੈਠ ਜਾਂਦੇ ਆ, ਅਤੇ ਵਧੀਆ ਲੱਗਦਾ ਪਿਆ ਵਾ। ਅਤੇ ਇੱਥੇ ਤੁਸੀਂ ਸਾਡਾ ਮੁਰਗਾ ਜਿਹੜਾ ਵੱਡਾ ਦੇਖੋ, ਅਤੇ ਇਹਦੇ ਯਾਰ ਕਾਫੀ ਗਰਮੀ ਦੇ ਨਾਲ ਹੰਬ ਖੰਭ ਜੇ ਕਿਵੇਂ ਖੋਲ੍ਹ ਛੱਡਦਾ ਵਾ। ਅਤੇ ਜਿਹੜੇ ਆਪਾਂ ਦੂਜੇ ਮੁਰਗੇ ਦੀ ਗੱਲ ਕਰੀਏ, ਤਾਂ ਯਾਰ ਉਹ ਆਪਾਂ ਮੁਰਗਾ ਆਪਣਾ ਦੇ ਦਿੱਤਾ ਵਾ, ਅਤੇ ਕਿਤੇ ਜ਼ਿਆਦਾ ਦੂਰ ਨਹੀਂ ਦਿੱਤਾ, ਉਹ ਆਪਣੇ ਨਾਲ ਦੇ ਪੜੋਸ 'ਚ ਦਿੱਤਾ ਵਾ, ਇਹ ਇਧਰਲੀ ਸਾਈਡ 'ਤੇ ਕੰਧ 'ਤੇ ਪਾਲੀ ਸਾਈਡ 'ਤੇ। ਸੀਲ ਮੁਰਗੀ ਜਿਹੜੀ ਲਈ ਸੀ ਨਾ ਆਪਾਂ, ਉਹ ਆਪਾਂ ਮੁਰਗੇ ਦੇ ਵੰਡੇ 'ਤੇ ਲਈ ਸੀ, ਮੁਰਗਾ ਆਪਾਂ ਦੇਣਾ ਸੀ ਇਹਨਾਂ ਨੂੰ, ਅਤੇ ਮੁਰਗੀ ਆਪਾਂ ਸਾਡੇ ਕੋਲ ਆ ਗਈ ਸੀ ਪਹਿਲਾਂ ਹੀ, ਅਤੇ ਹੁਣ ਆਪਾਂ ਜਾ ਕੇ ਉਹਨਾਂ ਨੂੰ ਮੁਰਗਾ ਦਿੱਤਾ ਵਾ, ਕਹਿੰਦੇ ਸਾਨੂੰ ਮੁਰਗਾ ਥੋੜ੍ਹਾ ਵੱਡਾ ਹੋਵੇ ਫਿਰ ਦਿਓ। ਸੋ ਮੁਰਗੇ ਹੁਣ ਵੱਡੇ ਹੋ ਗਏ ਆ, ਤੁਸੀਂ ਦੇਖਿਆ ਹੀ ਆ ਕਿ ਮੁਰਗਾ ਇੱਕੋ ਸਾਹਮਣੇ ਆ, ਅਤੇ ਦੂਸਰਾ ਮੁਰਗਾ ਆਪਾਂ ਉਹਨਾਂ ਨੂੰ ਦੇ ਦਿੱਤਾ ਵਾ, ਅਤੇ ਜਿਹੜੀ ਆਪਾਂ ਮੁਰਗੀ ਲਈ ਸੀ ਉਹ ਤੁਹਾਨੂੰ ਦਿਖਾ ਦਿੰਦੇ ਜੀ। ਆਹ ਜਿਹੜੀ ਅਸੀਲ ਮੁਰਗੀ ਸੀ, ਇਹ ਮੁਰਗੀ ਜਿਹੜੀ ਆਪਾਂ ਉਹਨਾਂ ਤੋਂ ਲਈ ਸੀ, ਅਤੇ ਇਹਨੇ ਕੋਈ ਬੱਚੇ ਵੀ ਕੱਢੇ ਆ, ਤਾਂ ਹੁਣ ਅੱਜ ਫਿਰ ਇਹਨੇ ਯਾਰ ਆਂਡਾ ਦਿੱਤਾ ਵਾ, ਅੱਜ ਪਹਿਲਾ ਦਿਨ ਆ ਬੱਚਿਆਂ ਤੋਂ ਬਾਅਦ ਇਹਨੇ ਫਿਰ ਆਂਡਾ ਦਿੱਤਾ ਵਾ, ਅਤੇ ਅੱਜ ਸਾਡੀਆਂ ਸਾਰੀਆਂ ਆਈ ਮੀਨ ਚਾਰੇ ਕੁੱਕੜੀਆਂ ਨੇ ਆਂਡੇ ਦਿੱਤੇ ਆ, ਅਤੇ ਬਹੁਤ ਵਧੀਆ ਲੱਗਾ ਕਿ ਚਾਰੇ ਕੁੱਕੜੀਆਂ ਸਾਡੀਆਂ ਨੇ ਆਂਡੇ ਦਿੱਤੇ ਆ। ਸੋ ਬਹੁਤ ਵਧੀਆ ਮਾਹੌਲ ਸੀ ਜਦੋਂ ਮੈਂ ਆਂਡੇ ਦੇਖੇ ਯਾਰ, ਚਾਰ ਆਂਡੇ, ਅਤੇ ਬੜੀ ਖੁਸ਼ੀ ਹੋਈ। ਅਤੇ ਸਾਡਾ ਗਰਦ ਪਤਾ ਨਹੀਂ ਯਾਰ ਕਿਹੜੇ ਚੱਕਰਾਂ 'ਚ ਪਿਆ ਵਾ। ਹਾਂ ਬਾਈ ਕੀ ਕਰਦਾ ਪਿਆ? ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਮੈਨੂੰ ਫੋਨ 'ਤੇ ਤੂੰ ਕੱਢ ਕੇ ਅਤੇ ਆਵਾਜ਼ਾਂ ਸੁਣਾਉਣਾ ਤਾਂ ਉਹ ਫਿਰ ਜ਼ਿਆਦਾ ਬੋਲਦੇ ਆ, ਇਵੇਂ ਨਹੀਂ ਕਰਦਾ ਪਿਆ, ਇਵੇਂ ਕਰਦਾ ਪਿਆ ਨਾ, ਕਰਨ ਦੇ ਕੰਮ ਆ ਜੀ, ਕਰਨ ਵੀਡੀਓ ਕੱਢਦਾ ਵਾ, ਅਤੇ ਵੀਡੀਓ 'ਚ ਜਦੋਂ ਲਵ ਬਰਡ ਬੋਲਦੇ ਆ ਨਾ, ਉਹਨਾਂ ਦੀ ਆਵਾਜ਼ ਸੁਣ ਕੇ ਤਾਂ ਉਹ ਹੋਰ ਜ਼ਿਆਦਾ ਰੌਲਾ ਪਾਉਂਦੇ ਆ। ਅੱਛਾ ਅੱਛਾ ਠੀਕ ਠੀਕ ਆ। ਸੋ ਬਾਕੀ ਆਪਾਂ ਤੁਹਾਡੇ ਕਮੈਂਟ ਜਿਹੜੇ ਆ ਯਾਰ ਉਹ ਕਾਫੀ ਬੜੇ ਸੀ, ਅਤੇ ਯਾਰ ਮਜ਼ਾ ਵੀ ਆਇਆ ਕਾਫੀ, ਅਤੇ ਮੈਂ ਵੀਡੀਓ ਬਾਰੇ ਪੁੱਛਿਆ, ਆਪਣੇ ਸ਼ੋਰਟ ਵੀਡੀਓ ਪਾਈ ਸੀ ਤਾਂ ਉਹਦੇ 'ਚ ਪੁੱਛਿਆ ਕਿ ਸਾਡੀ ਵੀਡੀਓ ਕਿੱਥੇ ਤੱਕ ਗਈ ਆ ਯਾਰ, ਕਿੱਥੇ ਤੱਕ ਜਾ ਰਹੀ ਹੈ, ਧੱਕੇ ਖਾ ਰਹੀ ਆ, ਅਤੇ ਯਾਰ ਥੋੜ੍ਹਾ ਹਾਸਾ ਖੇਡੀਆਂ ਕੀਤੀਆਂ, ਅਤੇ ਯਾਰ ਵੀਡੀਓ ਸਾਡੇ ਕਾਫੀ ਮੱਕੀ ਰਿਪਲਾਈ ਇੱਥੋਂ ਮੱਕੀ ਦਿੱਤੇ ਆ ਵੀ ਆਪਣੇ ਇਲਾਕੇ ਦੇ ਨਾਲ ਦੱਸਿਆ ਵੀ ਬਠਿੰਡਾ ਕਨੇਡਾ ਯਾਰ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੋਂ ਸਾਡੇ ਮੱਕੀ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਹੋਏ ਆ, ਅਤੇ ਯਾਰ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ, ਅਤੇ ਬਾਕੀ ਵੱਡੀ ਲੌਂਗ ਵੀਡੀਓ ਦੇ ਵਿੱਚ ਜਿਹੜੇ ਸਾਡੇ ਉਹਨਾਂ ਦੇ ਵੀ ਕਾਫੀ ਸਾਨੂੰ ਕਮੈਂਟ ਆਏ ਆ, ਅਤੇ ਬਾਕੀ ਉਹਨਾਂ 'ਚੋਂ ਰਿਪਲਾਈ ਆਪਾਂ ਤੁਹਾਨੂੰ ਜ਼ਿਆਦਾ ਨਹੀਂ ਥੋੜ੍ਹੇ ਬਹੁਤਾਂ ਦੇਵਾਂਗੇ, ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਅਤੇ ਯਾਰ ਫਿਰ ਉਹ ਫਿਰ ਬੋਰ ਹੋਣ ਲੱਗ ਪੈਂਦੇ ਸਾਰੇ ਜਾਣੇ, ਇਸ ਕਰਕੇ ਆਪਾਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰਨੀ, ਠੀਕ ਹੈ ਜੀ? ਅੱਜ ਦਾ ਕਮੇਟੀ ਜਿਹੜਾ ਕੀਤਾ ਸਾਡੇ ਜਗਮੀਤ ਢਿੱਲੋਂ ਭਾਅ ਜੀ ਨੇ, ਅਤੇ ਯਾਰ ਇਹ ਕਹਿ ਰਹੇ ਕਿ ਗਰਮੀ ਬਹੁਤ ਜ਼ਿਆਦਾ ਵਾ, ਅਤੇ ਜਿਹੜਾ ਆਪਾਂ ਕਹਿ ਰਹੇ ਸੀ ਨਾ ਵੀ ਕਬੂਤਰਾਂ ਦੇ ਬੱਚੇ ਆਪਾਂ ਆਂਡੇ ਲਈਏ ਕਿ ਨਾ ਲਈਏ, ਸੋ ਵੀਰ ਵੀ ਕਹਿ ਰਹੇ ਕਿ ਯਾਰ ਆਂਡੇ ਤੁਸੀਂ ਨਾ ਉਹਨਾਂ ਕੋਲ ਲਓ ਅਤੇ ਬੱਚੇ ਨਾ ਕਢਾਓ, ਕਿਉਂਕਿ ਗਰਮੀ ਇੰਨੀ ਆ ਕਿ ਬੱਚੇ ਸਾਰੇ ਤੁਹਾਡਿਆਂ ਦੇ ਫਿੰਸੀਆਂ ਹੋਣੀਆਂ ਵਾ ਤਾਂ ਕੋਈ ਫਾਇਦਾ ਨਹੀਂ ਹੈਗਾ। ਸੋ ਵੀਰ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਕੇ ਐਲ ਬਲੌਗ ਵੀਰ ਜੀ ਨੇ ਇਹਨਾਂ ਨੂੰ ਕਮੈਂਟ ਕਰਕੇ ਤੁਹਾਨੂੰ ਦੱਸਿਆ ਕਿ ਯਾਰ ਤੁਸੀਂ
ਇਹ ਡਿਟੋਲ ਲੈ ਕੇ ਅਤੇ ਉਹਨਾਂ ਨੂੰ ਡੇਲੀ ਆਪਣੇ ਕਬੂਤਰਾਂ ਦੇ ਬੱਚਿਆਂ ਨੂੰ ਸਾਫ਼ ਕਰੋ 2-4 ਵਾਰੀ ਦਿਹਾੜੀ 'ਚ, ਅਤੇ ਤੁਹਾਡੇ ਬੱਚੇ ਬਿਲਕੁਲ ਠੀਕ ਹੋਣੇ ਆ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਠੀਕ ਕਰਾਂਗੇ ਕਿ ਉਹਨਾਂ ਨੂੰ ਡਿਟੋਲ ਦੇ ਨਾਲ ਸਾਫ਼ ਕਰਾਂਗੇ, ਤੁਹਾਡੇ ਕਬੂਤਰ ਬਿਲਕੁਲ ਠੀਕ ਹੋਣ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਚੱਸ ਭੁੱਲਰ ਲੁਧਿਆਣਾ, ਸੋ ਇਹਨਾਂ ਨੇ ਵੀਰ ਨੇ ਵੀ ਕਮੈਂਟ ਕੀਤਾ ਆਪਣਾ ਨਾਂ ਹੀ ਗੱਲਾਂ ਭੇਜਦੇ, ਬਾਕੀ ਇਹ ਨਹੀਂ ਕਹਿੰਦੇ ਵੀ ਤੁਹਾਡੀ ਵੀਡੀਓ ਵਧੀਆ ਜਾਂ ਕਿਵੇਂ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੀ, ਸਾਨੂੰ ਕਮੈਂਟ ਕਰਕੇ ਆਪਣਾ ਨਾਂ ਹੀ ਦੱਸ ਦਿੰਦੇ ਹੋ, ਤਾਂ ਬਹੁਤ ਬਹੁਤ ਵਧੀਆ ਸਾਨੂੰ ਲੱਗਦਾ ਵਾ, ਅਤੇ ਥੈਂਕ ਯੂ ਭਾਅ ਜੀ। ਅਤੇ ਗਗਨਦੀਪ ਜੀ, ਸੋ ਕਹਿ ਰਹੇ ਕਿ ਯਾਰ ਕਬੂਤਰ ਬਹੁਤ ਵਧੀਆ ਹੈ ਤੁਹਾਡਾ ਜਿਹੜਾ, ਤੁਸੀਂ ਕਬੂਤਰ ਆਪਾਂ ਫੜਿਆ, ਤੁਹਾਨੂੰ ਸ਼ੌਂਕ ਵੀ ਕਰਾਇਆ ਸੀ ਨਾ ਆਪਾਂ, ਕਹਿ ਰਹੇ ਕਬੂਤਰ ਜਿਹੜਾ ਫੜਿਆ ਵਾ ਬਹੁਤ ਵਧੀਆ ਵਾ। ਸੋ ਬਹੁਤ ਬਹੁਤ ਵੀਰ ਜੀ ਸ਼ੁਕਰੀਆ, ਧੰਨਵਾਦ ਜੀ। ਸੋ ਵੀਰ ਜੀ ਕਹਿ ਰਹੇ ਕਿ ਤੁਸੀਂ ਆਪਣੇ ਜਾਨਵਰਾਂ ਦਾ ਖਿਆਲ ਰੱਖਦੇ ਪਏ ਹੋ, ਬਹੁਤ ਵਧੀਆ ਕਹਿੰਦੇ ਲੱਗਦਾ ਵਾ। ਸੋ ਬਲੈਸਿਸ ਦਿੱਤੀਆਂ ਵਾ ਜੀ, ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਬਸ ਇੱਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਅਤੇ ਆਸ਼ੀਰਵਾਦ ਦਿੰਦੇ ਰਹੋ, ਤਾਂ ਆਪਾਂ ਅੱਗੇ ਤੋਂ ਅੱਗੇ ਚੱਲਦੇ ਰਹਾਂਗੇ। ਧੰਨਵਾਦ ਜੀ। ਹੋਰ ਵੀ ਕਾਫੀ ਆ, ਲੇਕਿਨ ਸਾਡੀ ਵੀਡੀਓ ਜ਼ਿਆਦਾ ਲੰਬੀ ਹੋਣੀ ਆ, ਤੁਸੀਂ ਦੇਖ ਸਕਦੇ ਕਿ ਵੀਡੀਓ ਸਾਡੀ ਰੁਕਣ ਡੈ ਪਈ ਆ। ਸੋ ਇਸ ਕਰਕੇ ਆਪਾਂ ਯਾਰ ਜ਼ਿਆਦਾ ਵੀਡੀਓ ਲੰਬੀ ਨਹੀਂ ਕਰਨੀ ਹੈਗੀ, ਅਤੇ ਇਹ ਸੀ ਅੱਜ ਦੀ ਸਾਡੀ ਵੀਡੀਓ, ਤੁਸੀਂ ਦੇਖੀ ਆ। ਸੋ ਅੱਜ ਦੀ ਵੀਡੀਓ ਆਪਾਂ ਜਿਹੜੀ ਇੱਥੇ ਐਂਡ ਕਰ ਦੇਣੀ ਆ, ਠੀਕ ਹੈ ਜੀ। ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਤੇ, ਅਤੇ ਕੁਝ ਖਾਸ ਅਤੇ ਕੁਝ ਸਪੈਸ਼ਲ ਲੈ ਕੇ ਆਵਾਂਗੇ, ਠੀਕ ਹੈ ਜੀ। ਸੋ ਦਿਓ ਇਜਾਜ਼ਤ ਜੀ, ਓਕੇ ਜੀ, ਬਾਏ।